ਆਏ ਹੋ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਨਾ ਮੈਂ ਹੁਣ ਸਕੂਲ ਤੋਂ ਆ ਗਿਆ ਤਾਂ ਮੈਂ ਦੁੱਧ ਲੈ ਕੇ ਆ ਰਿਹਾ ਸੀਗਾ ਮੈਂ ਚਲੋ ਸੋਚੋ ਵੀ ਹੁਣ ਵਲੋਗ ਸ਼ੁਰੂ ਕਰ ਲਈਏ ਵੀ ਫ੍ਰੀ ਸੀਗੇ ਅਤੇ ਕੱਲ੍ਹ ਮੈਂ ਕੱਲ੍ਹ ਪਤਾ ਨਹੀਂ ਪਰਸੋਂ ਮੈਂ ਆਪਣੇ ਉਹਨੂੰ ਆਪਣੇ ਸਵਰਾਜ 'ਤੇ ਲੈਟਾਂ ਸਾਰੀਆਂ ਚੇਂਜ ਕਰਤੀਆਂ ਸੀਗੀਆਂ ਉਹ ਸਾਰੀਆਂ ਚੇਂਜ ਕਰਤੀਆਂ ਅਤੇ ਕੁਛ ਨਾ ਮਤਲਬ ਕਿ ਹਨੇਰਾ ਸੀਗਾ ਤਾਂ ਨਹੀਂ ਮੈਂ ਵਲੋਗ ਬਣਾਇਆ ਪਰ ਹਨੇਰੇ 'ਚ ਵੀ ਮੈਨੂੰ ਵੀ ਪਤਾ ਨਹੀਂ ਲੱਗਿਆ ਕਈ ਜਗ੍ਹਾ ਨਾ ਚਿਪਕੀ ਨਹੀਂ ਹੈ ਲਾਈਟ ਚੰਗੇ ਤਰੀਕੇ ਨਾਲ ਉਤਰ ਗਈ ਹੁਣ ਤਾਂ ਉਤਰਨੇ ਕਰਕੇ ਨਾ ਫਿਰ ਹੁਣ ਆਪਾਂ ਉਹਨੂੰ ਸਾਰੇ ਦੁਆਰੇ ਲਾਉਂਦੇ ਹਾਂ ਅਤੇ ਕਈ ਲੱਤਾਂ ਉਹਨੂੰ ਟੁੱਟ ਗਈਆਂ ਸੀਗੀਆਂ ਟਾਂਕੇ ਟੁੱਟ ਗਏ ਤੇ ਅਤੇ ਹੁਣ ਆਪਾਂ ਨੇ ਉਹ ਟਾਂਕੇ ਵੀ ਲਾਉਣੇ ਆ ਅਤੇ ਹੁਣ ਵਲੋਗ ਬਣਾਉਂਦੇ ਆਪਾਂ ਆ ਚੁੱਕੇ ਹਾਂ ਆਪਣੇ ਦੂਜੇ ਘਰ 'ਚ ਜਿੱਥੇ ਆਪਾਂ ਨੇ ਦੁੱਧ ਬਣਾਉਣਾ ਹੁੰਦਾ ਅਤੇ ਆ ਚੁੱਕੇ ਹਾਂ ਕੁੰਡਾ ਲਾ ਦਈਏ ਤਾਂ ਕਰਕੇ ਨਾ ਫਿਰ ਮਤਲਬ ਕਿ ਮੈਂ ਸੋਚਿਆ ਵੀ ਹੁਣ ਰਾਤ ਨੂੰ ਤਾਂ ਕਿੱਥੇ ਵਲੋਗ ਬਣੂੰਗਾ ਫਿਰ ਹੁਣ ਆਪਾਂ ਸਵੇਰੇ ਹੁਣ ਮਤਲਬ ਕਿ ਹੈਗਾ ਦੇਖੋ ਦਿਨ ਖੜ੍ਹਾ ਹੀ ਹੈ ਅਤੇ ਹੁਣ ਆਪਾਂ ਲਾਉਂਦੇ ਹਾਂ ਅਤੇ ਆਪਾਂ ਨੇ ਮਤਲਬ ਕਿ ਨਾ ਸਾਰੀਆਂ ਚੇਂਜ ਕਰਤੀਆਂ ਵੀ ਮਗਰਾੜਾਂ 'ਚੋਂ ਵੀ ਕੱਢਤੀਆਂ ਔਰ ਜਿੱਥੇ ਮਤਲਬ ਕਿ ਆਪਾਂ ਨੂੰ ਜ਼ਿਆਦਾ ਚਾਨਣ ਦੀ ਲੋੜ ਸੀਗੀ ਜਿੱਕਣਾ ਆਪਾਂ ਨੀਚੇ ਲਈ ਸੀਗੀਆਂ ਉੱਥੇ ਆਪਾਂ ਨੇ ਜ਼ਿਆਦਾ ਕਰਤੀਆਂ ਅਤੇ ਉੱਪਰ ਵੀ ਆਪਾਂ ਨੇ ਮਤਲਬ ਕਿ ਸ਼ੋਰ 'ਚ ਵੀ ਜ਼ਿਆਦਾ ਹੀ ਕਰਤੀਆਂ ਲਾਈਟਾਂ ਮਤਲਬ ਕਿ ਆਪਾਂ ਨੇ ਚੇਂਜ ਕਰਤੀਆਂ ਕਾਫੀ ਲਾਈਟਾਂ ਆਪਾਂ ਨੇ ਇਹ ਲਿਆ ਆਪਣਾ ਕਾਵੀਅਰ ਚੱਕ ਅਤੇ ਟਾਂਕੇ ਵਾਲੀ ਤਾਰ ਅਤੇ ਲਾਈਟਾਂ ਆਪਾਂ ਨੇ ਪਹਿਲਾਂ ਹੀ ਆਪਣੇ ਇਹ ਦੂਜੇ ਕਮਰੇ 'ਚ ਰੱਖ ਲਈਆਂ ਸੀਗੀਆਂ ਲਗਾਉਂਦੇ ਹਾਂ ਆਪਾਂ ਨੇ ਇਹ ਦੇਖੋ ਪਹਿਲਾਂ ਹੀ ਰੱਖੀਆਂ ਫਿਰ ਕਾਫੀ ਲਾਈਟਾਂ ਲਾਈਟ ਲੁੱਟ ਬਲ ਲਈ ਆਪਣੇ ਬਲ ਗਈ ਜੀ ਅਤੇ ਆਪਾਂ ਤਾਰ ਚੱਕ ਲਈਏ ਹੁਣ ਜਾ ਕੇ ਵੀ ਟਾਂਕਿਆਂ ਨੂੰ ਲਾਉਣੀ ਹੈ ਤੁਹਾਨੂੰ ਦਿਖਾਉਂਦੇ ਆਪਾਂ ਨੇ ਉਹ ਵੀ ਦਿਖਾ ਦਿੰਦਾ ਮੈਂ ਤੁਹਾਨੂੰ ਵੀ ਆਪਾਂ ਨੇ ਕਿੱਥੇ ਕਿੱਥੇ ਲਈ ਸੀਗੀ ਆਪਣੀ ਬਾਕੀ ਲਾਈਟਾਂ ਤਾਂ ਆਪਣੇ ਆਹ ਲਾਈਟਾਂ ਲਾਈ ਸੀਗੀਆਂ ਜਿਵੇਂ ਆਪਾਂ ਨੇ ਆਪਣੇ ਨਾ ਇਹ ਬੈਕ ਹੁੱਡ 'ਤੇ ਲਾਈ ਸੀਗੀ ਇਹ ਪਿੱਛੇ ਸਾਈਡ ਤੁਹਾਨੂੰ ਦੇਖਦੇ ਹੋਊਗੀ ਲੱਗੀ ਵੀ ਆਹ ਦੇਖੋ ਆਹ ਲਾਈ ਸੀਗੀ ਕਈ ਮਤਲਬ ਕਿ ਨਾ ਆਪਾਂ ਨੇ ਅੱਜ ਕਿਹਾ ਇੱਕ ਲੇਅਰ ਦਿਖ ਰਹੀ ਆ ਉਹਦੇ ਹੇਠਾਂ ਵੀ ਆਪਾਂ ਨੇ ਲੇਅਰ ਲਾਈ ਸੀਗੀ ਪਰ ਉਤਰ ਗਈ ਡੈੱਕ ਦੇ ਉੱਪਰ ਹੀ ਗਿਰੀ ਪਈ ਹੈ ਅਤੇ ਹੁਣ ਆਪਾਂ ਇਹਨੂੰ ਫੈਵੀਕੋ ਨਾਲ ਚਿਪਕਾਉਂਦੇ ਹਾਂ ਅਤੇ ਬਾਕੀ ਨੂੰ ਟਾਂਕੇ ਲਾ ਕੇ ਉਹ ਵੀ ਦਿਖਾਉਂਦੇ ਹਾਂ ਆਪਾਂ ਨੇ ਦੇਖੋ ਛਤਰੀ 'ਚ ਵੀ ਲਾਤੀਆਂ ਬਾਕੀ ਇਹ ਨੀਚੇ ਮਤਲਬ ਕਿ ਕਹਿੰਦੇ ਤੇ ਨਾ ਆਪਾਂ ਮਗਰਾੜ 'ਚ ਸਾਫ਼ ਹੀ ਕਰ ਦੇਣੀ ਆ ਇਹ ਸਾਫ਼ ਹੀ ਕਰਤੇ ਮਤਲਬ ਕਿ ਟੇਪ ਲੱਗੀ ਰਹਿ ਗਈ ਟੇਪ ਨਹੀਂ ਉਤਰਦੀ ਉਤੋਂ ਨਹੀਂ ਕਿਆ ਚੱਕਰ ਪਿਆ ਉਹਨੂੰ ਆਪਾਂ ਜਿੱਦਣ ਚੰਗੀ ਤਰੀਕੇ ਨਾਲ ਉਤਾਰੂਗੇ ਹੁਣ ਤਾਂ ਨਹੀਂ ਰਹੀ ਕਿਉਂਕਿ ਡਬਲ ਟੇਪ ਦੀ ਨਾ ਤਾਂ ਕਰਕੇ ਆਪਾਂ ਨੇ ਇਹਦੀ ਵਾਇਰਿੰਗ ਵੂਇਰਿੰਗ ਵੀ ਕੱਟਤੀ ਸਾਰੀ ਆਪਾਂ ਨੇ ਨੀਚੇ ਹੀ ਕਰਤੀਆਂ ਸਾਰੀਆਂ ਲਾਈਟਾਂ ਦਿਖਾਉਂਦੇ ਹਾਂ ਦੇਖੋ ਸਾਰੀਆਂ ਆਪਾਂ ਨੇ ਪਿੱਛੇ ਤੱਕ ਅੱਗੇ ਤੱਕ ਸਾਰੀਆਂ ਹੇਠੇ ਲਾਤੀਆਂ ਬਾਕੀ ਆਪਾਂ ਨੇ ਆਪਣੀਆਂ ਸ਼ੋਅ 'ਚ ਕਰੀਆਂ ਆਹ ਦੇਖੋ ਆਹ ਮਤਲਬ ਕਿ ਨਾ ਆਪਣੇ ਸ਼ੋਅ 'ਚ ਆਪਾਂ ਨੇ ਚੇਂਜ ਕਰਤੀਆਂ ਤੀਆਂ ਮਤਲਬ ਕਿ ਪਹਿਲਾਂ ਤੁਹਾਨੂੰ ਦਿਖਾਈ ਪਈ ਹੈ ਮਤਲਬ ਜਿਹੜੀਆਂ ਇਹਦੇ ਨਾਲ ਦੀ ਆਪਾਂ ਨੇ ਪਹਿਲਾਂ ਲਾਈਆਂ ਸੀਗੀਆਂ ਉਹ ਪਤਾ ਨਹੀਂ ਕੀ ਚੱਕਰ ਪਿਆ ਨਾ ਉਹ ਖਰਾਬ ਹੋ ਗਈਆਂ ਇਹਦੇ ਫਿਰ ਆਪਾਂ ਨੇ ਨਵੀਂ ਲੈਣ ਕੇ ਲਾਈਆਂ ਆਹ ਆਪਣੀ ਇੱਕ ਠੀਕ ਚੱਲ ਰਹੀ ਸੀਗੀ ਇਹ ਆਪਣੀਆਂ ਚਾਰ ਖਰਾਬ ਹੋ ਗਈ ਸੀਗੀਆਂ ਫਿਰ ਆਪਾਂ ਨੇ ਨਵੀਆਂ ਲੈਣ ਕੇ ਲਾਈਆਂ ਆਪਾਂ ਨੇ ਉੱਕਣਾ ਹੀ ਸਿੱਖਣਾ ਸੇਮ ਅੱਗੇ ਵਾਇਰਿੰਗ ਕੀਤੀ ਸੀਗੀ ਉੱਕਣਾ ਹੀ ਕਰੀ ਹੈ ਅਤੇ ਬਾਕੀ ਹੁਣ ਦੇਖਦੇ ਹਾਂ ਵੀ ਹੋਰ ਕਿਆ ਕੁਛ ਕਰਨਾ ਹੈ ਅਤੇ ਪਹਿਲਾਂ ਜਿਹੜੀਆਂ ਆਪਣੀਆਂ ਦੇਖੋ ਆਹ ਵੀ ਲੱਟਾਂ ਹੋਈਆਂ ਹੈ ਆਹ ਸਾਰੀਆਂ ਲਾ ਦੇਣੀਆਂ ਅੱਜ ਆਪਾਂ ਨੇ ਕੋਈ ਨਹੀਂ ਛੱਡਣੀ ਹੈ ਕਹਿਣਾ ਬਾਰ ਬੁਰ ਆਪਾਂ ਸਾਰੇ ਕਿਤੇ ਘੁੰਮਾ ਦੇਣੀ ਹੈ ਜੋ ਉੱਥੇ ਵੀ ਜਗ੍ਹਾ ਮਿਲੀ ਨਾ ਆਪਾਂ ਨੂੰ ਖਾਲੀ ਆਪਾਂ ਨੇ ਸਾਰੀ ਜਗ੍ਹਾ ਲਾ ਦੇਣੀ ਆ ਅਤੇ ਹੁਣ ਕਰ ਦਈਏ ਸ਼ੋਅ ਬੰਦ ਚਲੋ ਜੀ ਆਪਾਂ ਨਾ ਹੁਣ ਇੱਕ ਵਾਰ ਤਾਰ ਚੱਕ ਲਈਏ ਅਤੇ ਟਾਂਕੇ ਲਾਈਏ ਪਹਿਲਾਂ ਤਾਂ ਜਾ ਕੇ ਕਿਉਂਕਿ ਪਹਿਲਾਂ ਆਪਾਂ ਜੇ ਟਾਂਕੇ ਲਾਉਂਗੇ ਤਾਂ ਹੀ ਆਪਣੇ ਚੱਲੂਗਾ ਨਾ ਤਾਂ ਹੀ ਲੱਟਾਂ ਲੱਗੂਗੀਆਂ ਅਤੇ ਆਪਾਂ ਨੇ ਚੱਕ ਲਈ ਤਾਰ ਅਤੇ ਲਾਈਏ ਹੁਣ ਟਾਂਕੇ ਹਾਂਜੀ ਆਪਾਂ ਲਿਆਏ ਸੀਗੇ ਆਪਣੀਆਂ ਤਾਰ ਵੀ ਆ ਗਈ ਆਪਣਾ ਕਾਵੀਅਰ ਇਹਨੂੰ ਆਪਾਂ ਪਹਿਲਾਂ ਬੋਰਡ 'ਚ ਲਾ ਦਈਏ ਇੰਨੀ ਦੇਰ ਗਰਮ ਹੋ ਜਾਊਗਾ ਜਿੰਨੀ ਦੇਰ ਆਪਾਂ ਨੇ ਲਾਈਟਾਂ ਲੁਟਾਂ ਚਲਾਉਣੀਆਂ ਇਹ ਗਰਮ ਹੋ ਜਾਊਗਾ ਆਪਣਾ ਅਤੇ ਇੱਕ ਇਹ ਆਪਣੀ ਕਾਫੀ ਮਤਲਬ ਕਿ ਆਪਣੇ ਕੋਲ ਪੁਰਾਣੀਆਂ ਪਈਆਂ ਸੀਗੀਆਂ ਆਪਾਂ ਨੇ ਪਹਿਲਾਂ ਤਾਰਤੀਆਂ ਸੀਗੀਆਂ ਫਿਰ ਇੱਕ ਆਹ ਦੋ ਹੋ ਗਈਆਂ ਤੀਜੀ ਆ ਰਹੀ ਚੌਥੀ ਆ ਰਹੀ ਇੱਕ ਆਹ ਖੁੱਲ੍ਹੀ ਫਿਰਦੀ ਹੈ ਆਪਾਂ ਨੇ ਇਹਨੂੰ ਵੀ ਟਾਂਕੇ ਲਾਉਣੇ ਆ ਕਾਫੀ ਬਾਕੀ ਨੂੰ ਆਪਾਂ ਨੇ ਪਹਿਲਾਂ ਟਾਂਕੇ ਲਾਤੇ ਸੀਗੇ ਅਤੇ ਹੁਣ ਆਹ ਤਾਰ ਤੂਰ ਵੱਢੀਏ ਇਕੱਲੇ ਇਕੱਲੇ 'ਚ ਜੋੜ ਰੱਖੀਏ ਉਹਨਾਂ ਨੂੰ ਆਪਣਾ ਕਾਫੀ ਗਰਮ ਹੋ ਜਾਊਗਾ ਅਤੇ ਫਿਰ ਟਾਂਕੇ ਲਾਉਂਦੇ ਆਪਾਂ ਹਾਂਜੀ ਅਤੇ ਆਪਣੇ ਹਾਂ ਦੇਖੋ ਨਾ ਆਪਣੇ ਇਹਦੀ ਵੀ ਆਹ ਤਾਰ ਰੱਖਤੀ ਮਤਲਬ ਕਿ ਸਾਰੀਆਂ ਦੇ ਨਾ ਆਪਾਂ ਨੇ ਛਿੱਲ ਛਿੱਲ ਕੇ ਰੱਖ ਲਈਆਂ ਤਾਰਾਂ ਇਹਦੀਆਂ ਵੀ ਛਿਲਤੀਆਂ ਆਪਾਂ ਨੇ ਅਤੇ ਹੁਣ ਆਪਣਾ ਕਾਵੀਅਰ ਵੀ ਖਾਸਾ ਗਰਮ ਹੋ ਗਿਆ ਅਤੇ ਹੁਣ ਟਾਂਕੇ ਲਾਉਂਦੇ ਹਾਂ ਅਤੇ ਫਿਰ ਬਾਅਦ ਮੈਂ ਜਾ ਕੇ ਨਾ ਉੱਥੇ ਟਰੈਕਟਰ ਪਰ ਚਲਾ ਕੇ ਦੇਖੂੰਗੇ ਜਿਹੜੀ ਨਹੀਂ ਚੱਲੀ ਫਿਰ ਉਹਦਾ ਦੁਬਾਰਾ ਇੱਕ ਵਾਰ ਫਿਰ ਤੇ ਟਾਂਕੇ ਲਾਉਂਗੇ ਸਵਾਰ ਕੇ ਅੱਬਲ ਮਾਤਾ ਚੱਲੀ ਹੀ ਜਾਣੀ ਹੈ ਇੱਕ ਵਾਰ ਜਿਹੜਾ ਟਾਂਕੇ ਲੱਗ ਗਏ ਹਾਂਜੀ ਅਤੇ ਆਪਾਂ ਨੇ ਲਾ ਲਿਆ ਜੀ ਤਿੰਨ ਨੂੰ ਆਪਾਂ ਟਾਂਕੇ ਲਾਤੇ ਇੱਕ ਹੋਰ ਹੀ ਤਾਰ ਲੈਟ ਇੱਕ ਆ ਰਹੀ ਅਤੇ ਆਪਣੀ ਇੱਕ ਆ ਰਹੀ ਅਤੇ ਦੋ ਰਹਿ ਗਈਆਂ ਆਪਣੀਆਂ ਬਸ ਫਿਰ ਪੂਰੀਆਂ ਲਾ ਕੇ ਤੁਹਾਨੂੰ ਉਹ ਪਹਿਲਾਂ ਨਾ ਕਾਵੀਅਰ 'ਚ ਜਾਂ ਚੱਲਿਆ ਨਹੀਂ ਸੀਗਾ ਮਤਲਬ ਕਿ ਚੱਲ ਪਿਆ ਪਰ ਨਹੀਂ ਜਦੋਂ ਇਹਦਾ ਦੇਖਿਆ ਨਾ ਵਿੱਚ ਤੋਂ ਖੋਲ੍ਹ ਕੇ ਜਦ ਇਹਦੀ ਤਾਰ ਟੁੱਟੀ ਸੀਗੀ ਕਰੰਟ ਵਾਲੀ ਫਿਰ ਉਹ ਲਾ ਕੇ ਹੁਣ ਚਲਾਇਆ ਤਾਂ ਹੁਣ ਫਿਰ ਫਟਾਫਟ ਟਾਂਕੇ ਲਾ ਰਿਹਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿਹੜੇ ਕਿਹੜੇ ਕਲਰ ਦੀ ਹੈ ਅਤੇ
ਆਪਣੇ ਜੀ ਹੁਣ ਆਹ ਵਾਇਰਿੰਗ ਮਤਲਬ ਕਿ ਨਾ ਟਾਂਕੇ ਇੱਥੇ ਲਾਏ ਵੀ ਅਤੇ ਆਪਾਂ ਨੇ ਆਹ ਸਾਰੀਆਂ ਭਾਈ ਆਪਣੇ ਟੇਪ ਘੁੰਮਾਤੀ ਆਹ ਦੇਖੋ ਆਪਾਂ ਨੇ ਉਸ ਤੋਂ ਵੀ ਘੁੰਮਾਤੀ ਇੱਧਰ ਆ ਰਹੀ ਆਪਣੀ ਇਸ ਤੋਂ ਵੀ ਘੁੰਮਾਤੀ ਬਾਕੀ ਇੱਕ ਦੋ ਪਈਆਂ ਉਦੋਂ ਤੋਂ ਵੀ ਘੁੰਮਾਤੀ ਉਦੋਂ ਨਾ ਇੱਕ ਦਾ ਬਣਾਇਆ ਟਾਂਕਾ ਟੁੱਟ ਗਿਆ ਫਿਰ ਤੋਂ ਹੁਣ ਇਹਨੂੰ ਆਪਾਂ ਬਾਅਦ 'ਚ ਦੇਖਾਂਗੇ ਪਹਿਲਾਂ ਆਪਣੀਆਂ ਜਿਹੜੀਆਂ ਇਹ ਪਈਆਂ ਆਪਾਂ ਇਹ ਲਾ ਲੈਂਦੇ ਹਾਂ ਫਿਰ ਜੇ ਆਪਾਂ ਉਹਨੂੰ ਲੱਗੀ ਵੀ ਹਾਂਜੀ ਲੋੜ ਹੈਗੀ ਆ ਤਾਂ ਫਿਰ ਆਪਾਂ ਉਹਨੂੰ ਵੀ ਟਾਂਕਾ ਲਾ ਕੇ ਫਿਰ ਚਲਾ ਲਉਂਗੇ ਅਤੇ ਹੁਣ ਆਪਾਂ ਨਾ ਇੱਕ ਵਾਰ ਪਹਿਲਾਂ ਇਹਨਾਂ ਨੂੰ ਮਤਲਬ ਕਿ ਚਲਾ ਕੇ ਦੇਖ ਲੈਂਦੇ ਹਾਂ ਵੀ ਕਿਹੜੀ ਕਿਹੜੀ ਹੈ ਫਿਰ ਉਸ ਹਿਸਾਬ ਨਾਲ ਆਪਾਂ ਇਹਨਾਂ ਦੀ ਸਾਰਿਆਂ ਦੀ ਸੈਟਿੰਗ ਕਰ ਦੂੰਗੇ ਲਓ ਜੀ ਹੁਣ ਆਪਾਂ ਇਹਨੂੰ ਚਲਾ ਕੇ ਦੇਖ ਲੈਂਦੇ ਅਰਥ ਮੈਂ ਇਹਨਾਂ ਸਾਰਿਆਂ ਦੇ ਕੱਸ ਦਿੱਤੇ ਸੀਗੇ ਜਿਵੇਂ ਆਹ ਆਪਣੀ ਬਲਦੀ ਹੈ ਚਿਕਣਾ ਪਿੰਕ ਮਤਲਬ ਕਿ ਪਿੰਕ ਦੀ ਸ਼ੇਡ ਨਹੀਂ ਹੈ ਇਹ ਥੋੜ੍ਹੀ ਪਰਪਲ ਪਰਪਲ ਦੀ ਸ਼ੇਡ 'ਚ ਆ ਜਾਂਦੀ ਹੈ ਫਿਰ ਆਹ ਹੋ ਗਈ ਉਸ ਤੋਂ ਬਾਅਦ ਇੱਕ ਆਪਾਂ ਦੋ ਕਲਰਾਂ 'ਚ ਸੇਮ ਹੈ ਆਹ ਦੇਖੋ ਫੇਰ ਸੇਮ ਹੋ ਗਈ ਹੈ ਇਹ ਮਤਲਬ ਇੱਕ ਬੜੇ ਸਾਈਜ਼ 'ਚ ਹੈ ਇੱਕ ਛੋਟੇ ਸਾਈਜ਼ 'ਚ ਹੈ ਦੋ ਰਹਿ ਗਈਆਂ ਆਪਣੀਆਂ ਹਾਂ ਦੇਖੋ ਆਹ ਫਿਰ ਛੋਟੇ ਸਾਈਜ਼ 'ਚੋਂ ਆ ਗਈ ਉਸ ਤੋਂ ਬਾਅਦ ਇੱਕ ਆਪਣੀ ਇਹ ਬਲੂ 'ਚ ਆ ਗਈ ਹਾਂ ਤੁਹਾਨੂੰ ਇੱਕ ਹੋਰ ਦੱਸਦੀ ਹੈ ਜਿਵੇਂ ਨਾ ਆਪਣੀ ਆ ਇੱਕ ਇਹ ਪਈ ਹੈ ਇਹ ਵੀ ਆਪਣੀ ਬਲੂ ਹੈ ਇਹ ਮੈਂ ਪਹਿਲਾਂ ਚਲਾ ਕੇ ਦੇਖ ਲਈ ਸੀਗੀ ਔਰ ਇਹ ਜਿਵੇਂ ਪੂਰੀ ਇੱਕ ਹੈ ਨਾ ਬੜੀ ਮਤਲਬ ਕਿ ਇਹ ਦੋ ਸੀਗੀਆਂ ਇੱਕ ਇਹ ਵੀ ਬਲੂ ਹੈ ਇਹ ਛੋਟੀ ਵਾਲੀ ਵੀ ਬਲੂ ਹੈ ਔਰ ਜੋ ਇਹ ਬੜੀ ਪਈ ਹੈ ਇਹ ਵੀ ਬਲੂ ਹੈ ਨਹੀਂ ਇਹ ਬਲੂ ਨਹੀਂ ਇਹ ਗ੍ਰੀਨ ਹੈ ਇਹ ਗ੍ਰੀਨ ਹੈ ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜਿਹੜੀ ਆਪਾਂ ਨੇ ਪਿੱਛੇ ਨਹੀਂ ਲਾਈ ਹੋਈ ਸੀਗੀ ਹੁਣ ਆਪਾਂ ਪਹਿਲਾਂ ਇੱਕ ਵਾਰ ਉਹਦੀ ਸੈਟਿੰਗ ਕਰ ਦਿਓ ਪਰ ਕਿ ਮੈਂ ਫੈਵੀਕਵਿਕ ਚੱਕ ਲਿਆ ਕਿਉਂਕਿ ਉਹਦੇ ਨਾਲ ਹੁਣ ਉੱਪਰ ਟਿਕੂਗੀ ਅਤੇ ਹੁਣ ਆਪਾਂ ਚਾਬੀ ਬੰਦ ਕਰਤੀ ਅਤੇ ਇੱਕ ਵਾਰ ਉੱਪਰ ਚੱਲੀਏ ਉੱਪਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਤੁਹਾਨੂੰ ਦਿਖੇ ਗਈ ਹੁਣੇ ਮਤਲਬ ਮੈਂ ਹਲੇ ਪਿੱਛੇ ਸੀਗਾ ਆਪਾਂ ਨੇ ਇਹ ਲਾਈ ਸੀਗੀ ਇਹ ਸਾਰੀ ਬਲੂ ਲੱਗੀ ਵੀ ਹੈ ਤੁਹਾਨੂੰ ਇੱਕ ਵਾਰ ਬਾਲ ਕੇ ਦਿਖਾਊਂਗਾ ਮੈਂ ਇੱਕ ਵਾਰ ਹੁਣ ਨਾ ਇਹਨੂੰ ਸਾਰੇ ਨੂੰ ਇੱਥੇ ਚਿਪਕਾ ਦੇਵਾਂ ਵੀ ਜਿਹੜੀ ਦੁਬਾਰੇ ਮੁੜ ਕੇ ਉਤਰੇ ਨਾ 54 ਦੇ ਮੂਹਰੇ ਜਾਲੀ ਨਹੀਂ ਲੱਗੀ ਹੁੰਦੀ ਆਪਾਂ ਨੇ ਉਸ ਵਿੱਚ ਹੀ ਫਿੱਟ ਕਰਕੇ ਤੁਹਾਨੂੰ ਦਿਖਾਉਂਦਾ ਮੈਂ ਇਹ ਉਹ ਦੇਖੋ ਆਪਣੇ ਲੈਟਾਂ ਹੀ ਫਰੀ ਘੁੰਮਦੀਆਂ ਅਤੇ ਆਹ ਦੇਖੋ ਪਰ ਇਹ ਨਾ ਸਾਰੇ ਤਾਂ ਹੀ ਕਰਤੀ ਜੀ ਮਤਲਬ ਕਿ ਐਂ ਨਾ ਵਾਇਰਿੰਗ ਇੱਥੇ ਤੋਂ ਆਪਣੀ ਚਿਪਕ ਨਹੀਂ ਰਹੀ ਸੀਗੀ ਉਰੇ ਤਾਂ ਆਪਣੀ ਲੱਗ ਗਈ ਤਾਂ ਆਪਾਂ ਉਰੇ ਹੁਣ ਉਹ ਲੱਗ ਗਏ ਨਾ ਡਬਲ ਟੇਪ ਫਿਰ ਚਿਪਕਾ ਦਾਂਗੇ ਅਤੇ ਫਿਰ ਆਪਾਂ ਇਹਦੀ ਵਾਇਰਿੰਗ ਕਰਕੇ ਇੱਕ ਵਾਰ ਡਾਇਰੈਕਟ ਵਾਇਰਿੰਗ ਕਰ ਦੇਣੀ ਇਸਦੀ ਵੀ ਫਿਰ ਮਤਲਬ ਕਿ ਆਪਾਂ ਜਾਲੀ ਘੱਸ ਦੇਣੀ ਹੈ ਅਤੇ ਉਸ ਤੋਂ ਬਾਅਦ ਆਪਾਂ ਕਰੰਟ ਉੱਥੇ ਦੇ ਦੇਣਾ ਨਟ ਦੇ ਵਿੱਚੋਂ ਇਹੀ ਨਾਟ ਹੈ ਜੋ ਆਪਣੇ ਲੱਗੇ ਹੋਏ ਆਪਾਂ ਨੇ ਇਹਦੇ ਵਿੱਚ ਇਹ ਕਰੰਟ ਦੇ ਦੇਣਾ ਅਤੇ ਆਪਣਾ ਅਰਥ ਹੈ ਜੋ ਨਹੀਂ ਕਰਾ ਆਪਾਂ ਨੇ ਸੋਰੀ ਗੱਲ ਤਾਂ ਕਹਿ ਤਾ ਮੈਂ ਜਿਹੜਾ ਅਰਥ ਆਪਾਂ ਨੇ ਇੱਥੇ ਦੇ ਦੇਣਾ ਔਰ ਕਰੰਟ ਦੀ ਆਪਾਂ ਨੇ ਅਲੱਗ ਤੋਂ ਵਾਇਰਿੰਗ ਪਾ ਕੇ ਨਾ ਉਰੇ ਇੱਥੇ ਲੈ ਆਉਣੀ ਹੈ ਅਤੇ ਇੱਥੇ ਆਪਾਂ ਨੇ ਇੱਕ ਮੁਰਲੀ ਲਾਈਟ ਦੀ ਵੀ ਹਾਲੇ ਕਰੰਟ ਖੁੱਲ੍ਹਾ ਹੀ ਛੱਡਿਆ ਹੋਇਆ ਤਾਂ ਇਹਨਾਂ ਦੋਵਾਂ ਦਾ ਇਕੱਠਾ ਕਰਕੇ ਇੱਕ ਸਵਿੱਚ ਕਰ ਦਾਂਗੇ ਲਓ ਜੀ ਅਤੇ ਆਪਾਂ ਨੇ ਆਪਣੀ ਜਾਲੀ ਕਰਤੀ ਹੈ ਪੂਰੀ ਫਿੱਟ ਫਿੱਟ ਕਰਨ ਤੋਂ ਬਾਅਦ ਆਪਾਂ ਨੇ ਹੱਥ ਦੇਖੋ ਹੈ ਨਾ ਆਹ ਜਿਹੜੀ ਆਪਣੇ ਮੂਹਰੇ ਲਾਈ ਸੀਗੀ ਆਪਾਂ ਨੇ ਲਾਈਟ ਇਹ ਉੱਪਰੋਂ ਉਤਾਰਤੀ ਸੀਗੀ ਆਪਾਂ ਨੇ ਉੱਥੇ ਨਾ ਮਤਲਬ ਕਿ ਜਦ ਜ਼ਿਆਦਾ ਹੰਡੌਲੇ ਲੱਗਦੇ ਸੀਗੇ ਛੱਤਰੀ ਦੀ ਵਾਈਬ੍ਰੇਸ਼ਨ ਕਰਕੇ ਨਾ ਇਹ ਢਿੱਲੀ ਹੋ ਜਾਂਦੇ ਸੀਗੇ ਅਤੇ ਨਾਟ ਗਿਰ ਜਾਂਦੇ ਸੀਗੇ ਫਿਰ ਆਪਾਂ ਨੇ ਇੱਕ ਇਹ ਖੋਲ੍ਹਤੀ ਸੀਗੀ ਅਤੇ ਦੋ ਇਕੱਠੀਆਂ ਕਰਤੀਆਂ ਇਹ ਆਪਾਂ ਨੇ ਉਰੇ ਕਰਤੀਆਂ ਫਿੱਟ ਅਤੇ ਆਪਾਂ ਨੇ ਇਹਦੇ ਹੀ ਕਰੰਟ ਨਾਲ ਜੋੜਤੀ ਆ ਅਤੇ ਇਹਦਾ ਅਰਥ ਆਪਾਂ ਨੇ ਆਹ ਲਾਈਟ ਦਾ ਆਹ ਉਰੇ ਲਾਈਟ 'ਚ ਦੇ ਤੇ ਆ ਅਤੇ ਜਿਹੜੀ ਆਪਣੀ ਦੂਜੀ ਅੰਦਰ ਲਾਈਟ ਲਾਈ ਹੈ ਅਤੇ ਆਪਾਂ ਨੇ ਉਹਦਾ ਇਹਨਾਂ ਦੋਵਾਂ ਪਤਾ ਨਹੀਂ ਹਾਂ ਇਹ ਨਾਟ 'ਚ ਆਪਾਂ ਨੇ ਇਹ ਵਾਲੇ ਨਾਟ ਚੜ੍ਹਦੇ ਆ ਅਤੇ ਉਹਦਾ ਨੀਚੇ ਚੱਲੀ ਨਾ ਤਾਰ ਉੱਪਰੋਂ ਆ ਰਹੀ ਹੈ ਅਤੇ ਹੁਣ ਹਨੇਰਾ ਵੀ ਕਾਫੀ ਹੋ ਚੱਲਿਆ ਤਾਂ ਕਰਕੇ ਆਪਾਂ ਨੇ ਹੁਣ ਪਹਿਲਾਂ ਇੱਕ ਵਾਰ ਲਾਈਟਾਂ ਇਕੱਠੀਆਂ ਕਰਕੇ ਨਾ ਇੱਥੇ ਹੀ ਰੱਖ ਦਈਏ ਲਾ ਕੇ ਆਪਾਂ ਉਰੀ ਮਤਲਬ ਕਿ ਨਾ ਆਪਣਾ ਸਾਰਾ ਸਮਾਨ ਜਿੰਨੀ ਵੀ ਵਾਇਰਿੰਗ ਹੁੰਦੀ ਹੈ ਆਪਾਂ ਨਾ ਸਾਰੀ ਉਹ ਆਪਣੀ ਉਰੀ ਰੱਖਦੇ ਹਾਂ ਕਿਉਂਕਿ ਹੁਣ ਤਾਂ ਹਨੇਰਾ ਹੋ ਗਿਆ ਜਿੰਨਾ ਕੁ ਆਪਣਾ ਕੰਮ ਡਨ ਹੋਣਾ ਸੀਗਾ ਆਪਾਂ ਨੇ ਕਰਤਾ ਤੁਹਾਨੂੰ ਵੀ ਪਤਾ ਹੀ ਹੈ ਵੀ ਟਾਈਮ ਕਾਫੀ ਹੋ ਚੱਲਿਆ ਤਾਂ ਇੱਕ ਵਾਰ ਆ ਸਾਰੀਆਂ ਲਾਈਟਾਂ ਨਾ ਮੈਂ ਇਕੱਠੀਆਂ ਕਰ ਦੂੰਗਾ ਜੀ ਮਤਲਬ ਕਿ ਆਹ ਜਿੰਨਾ ਕੁਛ ਵੀ ਗੰਦ ਪਿਆ ਇਹ ਲਾਈਟਾਂ ਲੁੱਟਾਂ ਸਭ ਕੁਛ ਗੰਦ ਇਕੱਠਾ ਕਰਕੇ ਫਿਰ ਉਹ ਲਾਈਟ ਦੇ ਆਪਾਂ ਕਰੰਟ ਲਾਉਂਦੇ ਹਾਂ ਸਿੱਧੇ ਹੀ ਆਪਣਾ ਦੂਜੀ ਲਾਈਟ ਨਾਲ ਫਿਰ ਉਹਨੂੰ ਸਾਰੀਆਂ 'ਚ ਲਾ ਕੇ ਦਿਖਾਉਂਦੇ ਵੀ ਆਪਾਂ ਨੇ ਹੁਣ ਕੀ ਕਰਿਆ ਇਸ ਵਿੱਚ ਹੁੱਡ 'ਚ ਵੀ ਲਾਈ ਹੈ ਆਪਾਂ ਨੇ ਇਹ ਸਾਰੀ ਆਪਣੀ ਹੁੱਡ 'ਚ ਲੱਗੀ ਹੋਈ ਹੈ ਹੇਠਾਂ ਉਤਰ ਕੇ ਦਿਖਾਉਂਦਾ ਤੁਹਾਨੂੰ ਮੈਂ ਅਤੇ ਆਪਣੀ ਇਹ ਹੁੱਡ 'ਚ ਲੱਗੀ ਹੋਈ ਹੈ ਇਹ ਹੁੱਡ 'ਚ ਤਾਂ ਇੰਨੀ ਵਧੀਆ ਲੱਗ ਰਹੀ ਹੈ ਨਾ ਅਤੇ ਉਸ ਤੋਂ ਬਾਅਦ ਉਰੇ ਆਪਾਂ ਨਾ ਡਾਇਰੈਕਟ ਹੀ ਕਰ ਦਿੰਦੇ ਹਾਂ ਇਹਨੂੰ ਇਹ ਦੇਖੋ ਉਰੇ ਆਪਾਂ ਨੇ ਇਹ ਨੀਲੀ ਲਾ ਲਾ ਅਤੇ ਜੋ ਆਪਣੀ ਇਹ ਸੀ ਨਾ ਜਾਲੀ ਇਸ ਵਿੱਚ ਆਪਾਂ ਨੇ ਬਲੂ ਹੀ ਕਰਤੀ ਇਹ ਸਾਰੀ
ਤੇ ਆਪਾਂ ਨੇ ਦੇਖੋ ਹੁਣ ਪਹਿਲਾਂ ਨਾਲੋਂ ਕਿੰਨਾ ਜ਼ਿਆਦਾ ਫਰਕ ਪੈ ਗਿਆ, ਕਿਉਂਕਿ ਆਪਾਂ ਸਾਰੀਆਂ ਹੀ ਲਾਈਟਾਂ ਜੋ ਵੀ ਆਪਣੀ ਮਗਰਾਲਾਂ 'ਚ ਹੋ ਜਿੱਥੇ ਮਰਜ਼ੀ ਲੱਗੇ ਤੇ ਆਪਾਂ ਨੇ ਸਾਰੀਆਂ ਹੀ ਨੀਚੇ ਕਰਤੀਆਂ। ਦੇਖੋ ਹੁਣ ਕਿੰਨਾ ਫਰਕ ਪੈ ਰਿਹਾ ਇਹਨਾਂ ਦੀ ਲਾਈਟਾਂ ਕਰਕੇ ਨਾ, ਪੂਰਾ ਚਾਨਣਾ ਹੋ ਗਿਆ। ਹਾਲੇ ਤਾਂ ਮਤਲਬ ਕਿ ਹਾਲੇ ਦੇਖੋ ਹਨੇਰਾ ਨਹੀਂ ਹੋਇਆ, ਤਾਂ ਜਦੋਂ ਹਨੇਰਾ ਹੋਊਗਾ ਨਾ ਜਦ ਦੇਖੋ ਉਹਨੂੰ ਕਿੰਨਾ ਫਰਕ ਪਤਾ ਲੱਗੂਗਾ। ਜੇ ਟਾਈਮ ਹੋਇਆ ਤਾਂ ਮੈਂ ਵਿੱਚ ਸ਼ੋਰਟ ਇੱਕ ਕਲਿੱਪ ਕਰ ਦੂੰਗਾ ਐਡ। ਇਹ ਦੇਖੋ ਇਹ ਸਾਰਾ ਅੱਗੇ ਬਲੋ ਬਲੂ ਹੋ ਗਿਆ। ਇੱਕ ਵਾਰ ਪੂਰਾ ਹਨੇਰਾ ਹੋ ਜਾਣਾ ਤਾਂ ਤੁਹਾਨੂੰ ਪੂਰੀ ਲੁੱਕ ਦਿਖਾਊਂਗਾ ਮੈਂ, ਪਿੱਛੋਂ ਦਿਖਾਉਂਦਾ। ਦੇਖੋ ਇਹ ਉੱਪਰ ਦੇਖੋ ਕਿਵੇਂ ਲੱਗ ਰਿਹਾ, ਮਿਕਸ ਲੱਗ ਰਿਹਾ ਨਾ ਬਲੂ ਐਂਡ ਪਰਪਲ ਪਰਪਲ, ਜਾਮਣੀ ਜਾਮਣੀ ਜਾਂ ਪੂਰਾ ਦੇਖੋ ਐਵੇਂ ਲੱਗ ਰਿਹਾ ਪਿੱਛੇ ਜਿਵੇਂ ਕੋਈ ਬਾਰ ਲੱਗੀ ਹੋਈ ਹੈ। ਹਾਲੇ ਤਾਂ ਜਦੋਂ ਆਪਣੀਆਂ ਬਾਕੀਆਂ ਹੋਰ ਲਾਈਟਾਂ ਵੀ ਮਤਲਬ ਕਿ ਲੱਗ ਦੂੰਗੇ, ਬਾਕੀ ਹੁਣ ਤੱਕ ਤਾਂ ਆਹੀ ਕਰਿਆ ਆਪਾਂ ਨੇ ਹਲੇ। ਬਾਕੀ ਤੁਹਾਨੂੰ ਇੱਕ ਵਾਰ ਪੂਰੀ ਲਾਈਟਾਂ ਚਲਾ ਦਿੰਦੇ ਅੱਜ, ਫੁੱਲ ਲਾਈਟਾਂ ਹੀ ਚਲਾ ਦੇਣੀਆਂ। ਆ ਦੇਖੋ ਹਲੇ ਉਰੇ ਵਾਇਰਿੰਗ ਕਰਨੇ ਨੂੰ ਬਹੁਤ ਪਈ ਆ, ਪਰ ਆਪਾਂ ਨੇ ਕਰਾਂਗੇ, ਪਰ ਹਲੇ ਟਾਈਮ ਨਹੀਂ ਮਿਲਦਾ। ਪੂਰੀ ਚਲਾ ਦੀ ਇਹ ਆਪਣੀ ਰਿੰਗ ਹੈ, ਉੱਪਰੋਂ ਬਾਰ ਕਿਉਂ ਨਹੀਂ ਚਲਾਈ, ਕਿਉਂਕਿ ਉਸਦਾ ਫਿਰ ਚਾਨਣਾ ਜਦ ਹੁੰਦਾ ਉਹ ਲਾਈਟਾਂ ਪੂਰੀ ਚੰਗੇ ਤਰੀਕੇ ਨਾਲ ਦਿਖਣ ਨਹੀਂ ਦਿੰਦਾ, ਉਹ ਪਿੱਛੇ ਪੂਰੀ ਸੀਨਰੀ ਦਿਖਦੀ ਆ। ਹੁਣ ਮਤਲਬ ਕਿ ਨਾ ਪਿੱਛੇ ਦਾ ਪੂਰਾ ਅਲੱਗ ਹੀ ਇਫੈਕਟ ਪੈਂਦਾ, ਅੱਗੋਂ ਹਲੇ ਇੰਨਾ ਦਿਖਦਾ ਨਹੀਂ ਹੈ, ਜੋ ਆਪਾਂ ਪਿੱਛੇ ਜ਼ਿਆਦਾ ਦਿਖਦਾ ਵੀ ਜੋ ਵੀ ਬੰਦਾ ਦਿਖੂਗਾ ਤਾਂ ਪਿੱਛੇ ਜ਼ਿਆਦਾ ਦਿਖੂਗਾ ਉਹਨੂੰ ਹੁਣ। ਅਤੇ ਆ ਪੂਰੀ ਹੁਣ ਤੱਕ ਦੀ ਲੁੱਕ ਹੈ ਇਹਦੀ, ਕਿਉਂਕਿ ਹੁਣ ਆਪਾਂ ਨੇ ਸਾਰੀਆਂ ਚੇਂਜ ਕਰ ਦੇਣੀਆਂ। ਉਹ ਆਪਾਂ ਨੇ ਸਲੰਸਰ ਦਾ ਮੂੰਹ ਦਿੱਤੀ, ਕਿਉਂਕਿ ਆਪਾਂ ਨੇ ਕਲੰਪ ਖੋਲਿਆ ਵੀ ਸੀਗਾ ਫਾਰਮ ਟਰੈਕ ਵਾਸਤੇ, ਤਾਂ ਹੁਣ ਆਪਾਂ ਉਹ ਲੈ ਕੇ ਵੀ ਆਵਾਂਗੇ ਅਤੇ ਉਹ ਕਰਦੇ ਹਾਂ ਫਿੱਟ। ਅਤੇ ਹਾਂਜੀ ਜਿਵੇਂ ਜਿਹਨੂੰ ਮਤਲਬ ਕਿ ਮੋਟੀਵੇਸ਼ਨ ਵਧੀਆ ਲੱਗੀ ਹੋਈ, ਮਤਲਬ ਕਿ ਹੁਣ ਤੱਕ ਜੋ ਆਪਾਂ ਨੇ ਕਰੀ ਹੈ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਔਰ ਤੁਸੀਂ ਛੇਤੀ ਤੋਂ ਛੇਤੀ ਜੇ 1000 ਸਬਸਕ੍ਰਾਈਬਰ ਕਰਵਾ ਤਾ, ਤਾਂ ਆਪਾਂ ਜਿਹੜੀ ਆਪਣੀ ਨਿਊ ਲੈਂਡ 'ਚ ਪੰਜਾਬੀ ਹੈ ਉਹਦੇ ਆਪਾਂ ਡਾਂਸਲਿੰਗ ਕਰਵਾ ਦੇਣੀ ਆ, ਜੇ ਆਪਾਂ ਨੇ ਮਤਲਬ ਕਿ ਛੇਤੀ ਜ਼ਿਆਦਾ ਤੋਂ ਜ਼ਿਆਦਾ ਛੇਤੀ ਕਰਵਾ ਤਾ। ਅਤੇ ਆਪਣੇ ਵਲੋਗ ਨੂੰ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ। ਅਤੇ ਆਪਣਾ ਇਹ ਰੈੱਡ ਹੋਰਸ ਅਤੇ ਦੂਜਾ ਆਪਣਾ ਬਲੂ ਹੋਰਸ।